ਮਿਲਰ ਟਰੈਕਟਰ ਲਿਮਿਟਿਡ ਦਾ ਯੂਟਿਊਬ ਚੈਨਲ ਵੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਖੁਸ਼ ਆਮਦੀਦ ਤੇ ਅਸਲਾਮ ਅਲੈਕਮ। ਇੰਜਨ ਆਇਲ ਤੇ ਫਿਲਟਰ ਦੀ ਤਬਦੀਲੀ, ਨਿਗਹਦਾਸ਼ਤ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਇੰਜਨ ਆਇਲ ਤੇ ਫਿਲਟਰ ਦੀ ਮੁਕਰਰਾ ਵਕਤ ਤਬਦੀਲੀ ਹੈ। ਇੰਜਨ ਆਇਲ ਨੂੰ ਫਿਲਟਰ ਕਿਤਾਬਚਾ ਵਿੱਚ ਦਰਜ ਔਕਾਤ ਦੇ ਮੁਤਾਬਿਕ ਤਬਦੀਲ ਕਰੋ। ਇੰਜਨ ਆਇਲ ਦੀ ਸਤਹ ਨੂੰ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚੈੱਕ ਕਰੋ। ਲਿਪਸਟਿਕ ਤੇ ਦੋ ਨਿਸ਼ਾਨ ਲੱਗੇ ਹੋਣਗੇ, ਇੱਕ ਨਿਸ਼ਾਨ ਤੇ ਮਿਨੀਮਮ ਤੇ ਦੂਜੇ ਨਿਸ਼ਾਨ ਤੇ ਮੈਕਸ ਲਿਖਿਆ ਹੋਏਗਾ। ਇੰਜਨ 'ਚ ਆਇਲ ਦੀ ਮਿਕਦਾਰ ਮਿਨੀਮਮ ਤੋਂ ਘੱਟ ਤੇ ਮੈਕਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜਦੋਂ ਵੀ ਆਇਲ ਦੀ ਸਤਹ ਵੇਖਣੀ ਹੋਵੇ ਤੇ ਟਰੈਕਟਰ ਨੂੰ ਕਿਸੇ ਹਮਵਾਰ ਸਤਹ ਤੇ ਖਿਲਾਰਨਾ ਹੈ। ਇੰਜਨ ਆਇਲ ਤੇ ਫਿਲਟਰ ਪਹਿਲੇ 30 ਘੰਟੇ ਤੇ ਉਸ ਤੋਂ ਬਾਅਦ ਹਰ 100 ਘੰਟੇ ਤੇ ਤਬਦੀਲ ਕਰਵਾਓ। ਹਮੇਸ਼ਾ ਮਿਲਤ ਦਾ ਜੈਨੂਇਨ ਆਇਲ ਤੇ ਫਿਲਟਰ ਇਸਤੇਮਾਲ ਕਰੋ। ਮਿਲਤ ਟਰੈਕਟਰ ਖਰੀਦਣ ਤੇ ਸਾਡੇ ਨਾਲ ਤਾਵਨ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਹੋਰ ਮਾਲੂਮਾਤ ਵਾਸਤੇ ਸਾਡੇ ਨਜ਼ਦੀਕੀ ਇਲਾਕਾਈ ਦਫ਼ਤਰਾਂ 'ਚ ਰਾਬਤਾ ਕਰ ਸਕਦੇ ਹੋ। ਸਾਡੀ ਇਹ ਕੋਸ਼ਿਸ਼ ਹੈ ਕਿ ਮਿਲਰ ਟਰੈਕਟਰ ਲਿਮਿਟਿਡ ਆਫੀਸ਼ੀਅਲ ਦੀ ਇਸ ਖਾਸ ਵੀਡੀਓ ਦੇ ਜ਼ਰੀਏ ਤੁਹਾਡੇ ਇਲਮ 'ਚ ਖਾਤਰ ਖਾਂ ਇਜ਼ਾਫਾ ਹੋਵੇ ਤੇ ਤੁਸੀਂ ਆਪਣੇ ਟਰੈਕਟਰ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕੋ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਅਗਲੀ ਵੀਡੀਓ ਪੂਰੀ ਦਿਲਚਸਪੀ ਨਾਲ ਵੇਖੋਗੇ ਤੇ ਸਾਨੂੰ ਆਪਣੀ ਕੀਮਤੀ ਰਾਏ ਜ਼ਰੂਰ ਦੇਵੋਗੇ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ।